US ਦਾ ਨੈਕਸਟ ਇਨਟੇਕ ਕਿਹੜਾ ਆਉਣ ਵਾਲਾ ਹੈਗਾ ਹੁਣ, ਔਰ ਸਭ ਤੋਂ ਵੱਡੀ ਗੱਲ ਹੈ ਸਰ, I-20 ਨੂੰ ਬੜਾ ਟਾਈਮ ਲੱਗ ਰਿਹਾ ਔਰ ਇੰਟਰਵਿਊ ਡੇਟ ਸਟੂਡੈਂਟ ਨੂੰ ਨਹੀਂ ਮਿਲ ਰਹੀਆਂ। ਇਹ ਦੋ ਤਿੰਨ ਚੀਜ਼ਾਂ ਕਲੀਅਰ ਕਰ ਦਿਓ, ਫਿਰ ਆਪਾਂ ਅਗਲੇ ਸਵਾਲ ਵੱਲ ਵਧਦੇ। ਦੇਖੋ ਜੀ, I-20 ਤੇ ਇਸ ਕਰਕੇ ਲੱਗਿਆ ਬਿਕੋਜ਼ ਸਟੂਡੈਂਟ ਬਹੁਤ ਅਪਲਾਈ ਕਰ ਰਹੇ, ਪਹਿਲੀ ਗੱਲ। ਦੂਸਰੀ ਗੱਲ ਆ ਜਾਂਦੀ, I-20 ਬੱਚੇ ਏਜੰਟ ਇੱਕੋ ਕਾਲਜ ਤੋਂ ਲਈ ਜਾਂਦੇ ਹਨ ਨਾ। ਅਗਰ ਬੱਚਾ ਡਿਫਰੈਂਟ ਡਿਫਰੈਂਟ ਕਾਲਜ ਲੈ ਕੇ ਜਾ, ਜਿਹੜਾ ਬੱਚਾ ਤੁਸੀਂ ਪਰਟੀਕੁਲਰ ਕਮਿਊਨਿਟੀ ਕਾਲਜ 10 ਬੱਚੇ ਅੱਗੇ ਰਿਫਿਊਜ਼ ਹੈ, ਤੁਸੀਂ ਏਜੰਟ ਤੁਹਾਨੂੰ ਉਹੀ ਕੋਈ I-20 ਨਹੀਂ ਜਾ ਰਿਹਾ, ਬੜੀ ਮੁਸ਼ਕਲ ਆ ਰਹੀ ਹੈ। ਬੱਚੇ ਅਗਰ ਡਿਫਰੈਂਟ ਡਿਫਰੈਂਟ ਯੂਨੀਵਰਸਿਟੀ 'ਚ ਅਪਲਾਈ ਕਰਨ, ਜਨਰਲੀ ਆਪਣੇ ਇੰਟਰਸਟ ਨਾਲ ਅਪਲਾਈ ਕਰਨ, I-20 ਲੈਣ, ਤੇ ਵੀਜ਼ਾ ਗ੍ਰਾਂਟ ਈਜ਼ੀ ਹੋ ਜਾਏਗਾ। ਸਭ ਤੋਂ ਵੱਡੀ ਚੀਜ਼ ਬੱਚਿਆਂ ਨੂੰ ਅੰਡਰਸਟੈਂਡ ਕਰਨੀ ਪਏਗੀ, ਔਰ ਅੰਡਰਸਟੈਂਡ ਕਰੋ, ਜਦ ਵੀ ਤੁਸੀਂ ਕਿਸੇ ਕੰਟਰੀ ਅਪਲਾਈ ਕਰਦੇ ਹੋ, ਜੇ ਤੁਸੀਂ ਨੋਨ ਮੈਡੀਕਲ ਪਲੱਸ ਟੂ ਕੀਤੀ ਹੈ, ਤੁਸੀਂ ਉਸੇ ਰਿਲੇਟਡ ਕੋਰਸ ਚੂਜ਼ ਕਰੋ, ਚਾਹੇ ਉਹ IT ਦਾ ਹੈ, ਚਾਹੇ ਇੰਜੀਨੀਅਰਿੰਗ ਹੈ, ਚਾਹੇ ਦੂਸਰਾ ਹੈਗਾ। ਜੇ ਤੁਸੀਂ ਬੈਕਗਰਾਊਂਡ ਕਮਰਸ ਦਾ ਤਾਂ ਕਮਰਸ ਰਿਲੇਟਡ ਕਰੋ, ਜੇ ਤੁਸੀਂ ਮੈਡੀਕਲ ਮੈਡੀਕਲ ਰਿਲੇਟਡ ਕਰੋ। ਇਸ ਟਾਈਮ ਸਭ ਤੋਂ ਜ਼ਿਆਦਾ ਵੀਜ਼ਾ ਸਟੈਮ ਕੋਰਸਿਸ ਵਿੱਚ ਦੇ ਰਹੇ ਹਾਂ, ਸਟੈਮ ਕੋਰਸਿਸ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਨੇਜਮੈਂਟ। ਸੋ ਸਟੈਮ ਕੋਰਸਿਸ ਵਿੱਚ ਅਪਲਾਈ ਕਰੋ, ਸਟੈਮ ਕੋਰਸਿਸ ਵਿੱਚ ਬਹੁਤ ਈਜ਼ੀ ਵੀਜ਼ਾ ਮਿਲ ਰਿਹਾ ਅੱਜ ਦੇ, ਔਰ ਕਾਫੀ ਕੋਰਸਿਸ ਸਟੈਮ ਦੇ ਅੰਦਰ ਆਉਂਦੇ ਹਨ। ਸੋ ਅੱਗੇ ਜ਼ਿਆਦਾ ਸਟੂਡੈਂਟ ਸਟੈਮ ਕੋਰਸਿਸ ਨਹੀਂ ਅਪਲਾਈ ਕਰ ਰਹੇ। ਸਟੈਮ ਕੋਰਸਿਸ ਅਪਲਾਈ ਕਰਨ ਦਾ ਬੈਨੀਫਿਟ ਇੱਕ ਹੋਰ ਵੀ ਹੈਗਾ ਜੀ, ਕਿ ਤੁਹਾਨੂੰ 3 ਸਾਲ ਦਾ OPT ਮਿਲ ਜਾਂਦਾ ਹੈਗਾ, ਜਿਹੜਾ ਆਪਾਂ ਪੋਸਟ ਸਟੱਡੀ ਵਰਕ OPT 3 ਸਾਲ ਦਾ ਮਿਲਦਾ ਹੈ। ਸੋ ਵੀਜ਼ਾ ਲੈਣਾ ਤੇ ਸਟੈਮ ਕੋਰਸਿਸ ਅਪਲਾਈ ਕਰੋ ਜੀ। ਬਿਲਕੁਲ, ਮੈਥ ਹੋ ਗਿਆ, ਹਾਂਜੀ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਜੇਕਰ ਤੁਸੀਂ ਚਾਵਲਾ ਸਰ ਨੂੰ ਮਿਲਣਾ ਚਾਹੁੰਦੇ ਹੋ, ਸੈਕਟਰ 17 ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਮਿਲ ਸਕਦੇ ਹੋ। ਨੰਬਰ ਆਲਰੇਡੀ ਆ ਰਿਹਾ, ਨੋਟ ਕਰ ਲਓ, ਕੱਲ ਮਾਰਨਿੰਗ 10 ਤੋਂ ਲੈ ਕੇ 6 ਵਜੇ ਤੱਕ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਵਰਕਿੰਗ ਡੇਜ਼ ਦੇ ਵਿੱਚ। ਔਰ ਬਹੁਤ ਹੀ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਹਮੇਸ਼ਾ ਜਾਇਆ ਕਰੋ, ਆਲੇ ਦੁਆਲੇ ਦਾ ਮਾਹੌਲ ਦੇਖੋ। ਕਿਸੇ ਵੀ ਕੰਸਲਟੈਂਟ ਕੋਲ ਤੁਸੀਂ ਅਪਲਾਈ ਕਰਦੇ ਹੋ, ਜਿਵੇਂ ਸਰ ਨੇ ਹੁਣੇ ਕਿਹਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਫੰਡ ਸ਼ੁਰੂ ਕਰਕੇ ਵੀ ਤੁਹਾਨੂੰ ਵੀਜ਼ਾ ਦਵਾ ਸਕਦੇ ਆ, ਕਾਲਰ ਸਾਨੂੰ ਕਹਿ ਰਿਹਾ ਸੀਗਾ। ਪਰ ਇਸ ਤਰ੍ਹਾਂ ਦਾ ਜੇ ਨਾ ਕਰੋ ਤਾਂ ਜ਼ਿਆਦਾ ਵਧੀਆ। ਕਿਸੇ ਵੀ ਪੇਰੈਂਟਸ ਨੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਤਾਂ ਤਕਰੀਬ 10th ਤੋਂ ਤੁਸੀਂ ਤਿਆਰੀ ਕਰੋ, 10th ਤੋਂ ਆਪਣੀਆਂ ਟਰਨਾਂ ਭਰਨੀਆਂ ਸ਼ੁਰੂ ਕਰੋ, ਇਨਕਮ ਆਫ ਸੋਰਸ ਆਪਣਾ, ਤੁਹਾਡਾ ਕੋਈ ਵੀ ਤੁਸੀਂ ਕੰਮ ਕਰਦੇ ਹੋ ਤਾਂ ਕੋਸ਼ਿਸ਼ ਕਰੋ ਪੈਸੇ ਅਕਾਊਂਟ ਦੇ ਵਿੱਚ ਲਓ। ਔਰ ਜਿਵੇਂ ਸਰ ਨੇ ਕਿਹਾ ਕਿ ਐਜੂਕੇਸ਼ਨ ਲੋਨ ਵੀ ਅਵੇਲੇਬਲ ਹੈ, ਤਕਰੀਬਨ ਹਰੇਕ ਬੈਂਕ ਇਸ ਟਾਈਮ ਐਜੂਕੇਸ਼ਨ ਲੋਨ ਹੈ ਜਿਹੜਾ ਬਹੁਤ ਸੌਖੇ ਤਰੀਕੇ ਦੇ ਨਾਲ, ਘੱਟ ਤੁਹਾਡੇ ਡਾਕੂਮੈਂਟ ਜਿਹੜੀਆਂ ਲੱਗਣਗੇ ਉਸਦੇ ਵਿੱਚ ਤੁਹਾਨੂੰ ਮਿਲ ਸਕਦਾ। ਉਸਦੇ ਲਈ ਵੀ ਤੁਸੀਂ ਬੈਂਕ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ, ਬਜਾਏ ਇਸ ਤੇ ਕਿ ਕਿਸੇ ਨੂੰ ਤੁਸੀਂ ਕਹੋ ਕਿ ਸਾਡੇ ਫੰਡ ਸ਼ੋਅ ਕਰਦੇ, ਉਸ ਤੋਂ ਬਾਅਦ ਤੁਸੀਂ ਫਿਰ ਉਹਦੇ ਪਿੱਛੇ ਫਿਰੋ। ਫਿਰ ਜੇ ਬਾਈ ਚਾਂਸ ਵੀਜ਼ਾ ਰਿਫਿਊਜ਼ ਵੀ ਹੁੰਦਾ ਤਾਂ ਫਿਰ ਤੁਹਾਡੇ 2-3 ਲੱਖ ਰੁਪਏ ਦਾ ਤੁਹਾਡਾ ਵੇਸਟ ਹੋ ਜਾਂਦਾ, ਕਿਉਂਕਿ ਵੈਸੇ ਹੁਣ ਫੀਸਾਂ ਬਹੁਤ ਜ਼ਿਆਦੀਆਂ ਨੇ। ਤੇ ਇਸ ਕਰਕੇ ਧਿਆਨ ਦੇ ਨਾਲ ਸਹੀ ਤਰੀਕਾ ਅਪਣਾ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੋ। ਸਾਡੇ ਨਾਲ ਕਨੈਕਟ ਓਵਰਸੀਜ਼ ਤੋਂ ਨਿਰਮਲ ਚਾਵਲਾ ਜੀ ਸੀਗੇ, ਜਿਨ੍ਹਾਂ ਨੇ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ। ਕੋਸ਼ਿਸ਼ ਕਰਾਂਗੇ ਫਿਰ ਆਪਾਂ ਅਗਲੀ ਕਿਸੇ ਕੰਟਰੀ ਦੇ ਲਈ ਤੁਹਾਨੂੰ ਫਿਰ ਤੋਂ ਇਨਵਾਈਟ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ।